ਸਤਨਾਮ ਵਾਹਿਗੁਰੂ ਸਾਹਿਬ ਜੀ। ਸਲੋਕ ਮਹਲਾ ਤੀਜਾ। ਨਾਨਕ ਨਾਵੋਂ ਕੁੱਥਿਆਂ ਹਲਤ ਪਲਤ ਸਭ ਜਾਏ, ਜਪ ਤਪ ਸੰਜਮ ਸਭ ਹਿਰ ਲਿਆ, ਮੁੱਠੀ ਦੂਜੈ ਪਾਏ। ਨਾਨਕ ਨਾਵਹੋਂ ਕੁੱਥਿਆਂ ਹਲਤ ਪਲਤ ਸਭ ਜਾਏ, ਜਪ ਤਪ ਸੰਜਮ ਸਭ ਹਿਰ ਲਿਆ, ਮੁੱਠੀ ਦੂਜੈ ਪਾਏ। ਜਮ ਦਰ ਬੱਧੇ ਮਾਰੀਐ, ਬਹੁਤੀ ਮਿਲੈ ਸਜਾਏ। ਮਹਲਾ ਤੀਜਾ। ਸੰਤਾਨ ਨਾਲ ਵੈਰ ਕਮਾਵਦੇ, ਦੁਸ਼ਟਾਂ ਨਾਲ ਮੋਹ ਪਿਆਰ। ਅੱਗੇ ਪਿੱਛੇ ਸੁਖ ਨਹੀਂ, ਮਰ ਜੰਮੈ ਵਾਰੋ ਵਾਰ। ਤਿਸਨਾ ਕਦੇ ਨਾ ਬੁਝਈ, ਦੁਬਦਾ ਹੋਏ ਖੁਆਰ। ਮੂੰਹ ਕਾਲੇ ਤਿਨਾ ਨਿੰਦਕਾਂ, ਤਿਤ ਸੱਚੇ ਦਰਬਾਰ। ਨਾਨਕ ਨਾਮ ਵਿਹੁਣਿਆ, ਨਾ ਉਰ ਵਾਰ ਨਾ ਪਾਰ। ਪੌੜੀ ਜੋ ਹਰ ਨਾਮ ਤੇ ਆਏ ਦੇ, ਸੇ ਹਰ ਹਰ ਨਾਮ ਰਤੇ ਮਨ ਮਾਹੀ। ਜਿਨ੍ਹਾਂ ਮਨ ਚਿਤੇ ਕੇ ਆਰਾਧਿਆ, ਤਿਨ੍ਹਾਂ ਇੱਕ ਸਬਿਨ ਦੂਜਾ ਕੋ ਨਾਹੀ। ਸੇਈ ਪੁਰਖ ਹਰ ਸੇਵ ਦੇ, ਜਿਨ ਧੁਰ ਮਸਤਕ ਲੇਖ ਲਿਖਾਹੀ। ਹਰ ਕੇ ਗੁਣ ਨਿਤ ਗਾਵਦੇ, ਹਰ ਗੁਣ ਗਾਏ ਗੁਣੀ ਸਮਝਾਹੀ। ਵਡਿਆਈ ਵੱਡੀ ਗੁਰਮੁਖਾਂ, ਗੁਰਪੂਰੈ ਹਰ ਨਾਮ ਸਮਾਹੀ। ਜੋ ਹਰ ਨਾਮ ਤੇ ਆਏ ਦੇ, ਸੇ ਹਰ ਹਰ ਨਾਮ ਰਤੇ ਮਨ ਮਾਹੀ। ਜਿਨ੍ਹਾਂ ਮਨ ਚਿਤੇ ਇੱਕ ਆਰਾਧਿਆ, ਤਿਨ੍ਹਾਂ ਇੱਕ ਸਬਿਨ ਦੂਜਾ ਕੋ ਨਾਹੀ। ਸੇਈ ਪੁਰਖ ਹਰ ਸੇਵ ਦੇ, ਜਿਨ ਧੁਰ ਮਸਤਕ ਲੇਖ ਲਿਖਾਹੀ। ਹਰ ਕੇ ਗੁਣ ਨਿਤ ਗਾਵਦੇ, ਹਰ ਗੁਣ ਗਾਏ ਗੁਣੀ ਸਮਝਾਹੀ। ਵਡਿਆਈ ਵੱਡੀ ਗੁਰਮੁਖਾਂ, ਗੁਰਪੂਰੈ ਹਰ ਨਾਮ ਸਮਾਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਹਨ ਅੱਜ ਦੇ ਹੁਕਮਨਾਮੇ ਜੋ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਆਏ ਹਨ। ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਤੀਜੇ ਪਾਤਸ਼ਾਹ ਜੀ ਦੇ ਸਲੋਕ ਵਿੱਚ ਉਚਾਰਨ ਕੀਤੇ ਹੋਏ ਹਨ। ਗੁਰੂ ਸਾਹਿਬ ਜੀ ਫਰਮਾਨ ਕਰ ਰਹੇ ਨੇ, ਹੇ ਨਾਨਕ, ਨਾਮ ਤੋਂ ਖੁੰਝਿਆਂ ਦਾ ਲੋਕ ਪਰਲੋਕ ਸਭ ਬੇਅਰਥ ਜਾਂਦਾ ਹੈ। ਉਹਨਾਂ ਦਾ ਜਪ ਤਪ ਅਤੇ ਸੰਜਮ ਸਭ ਖੁੱਸ ਜਾਂਦਾ ਹੈ, ਅਤੇ ਮਾਇਆ ਦੇ ਮੋਹ ਵਿੱਚ ਉਹਨਾਂ ਦੀ ਮੱਤ ਠੱਗੀ ਜਾਂਦੀ ਹੈ। ਜਮ ਦੁਆਰ 'ਤੇ ਬੱਧੇ ਮਾਰੀਦੇ ਹਨ, ਅਤੇ ਬੜੀ ਸਜ਼ਾ
ਉਹਨਾਂ ਨੂੰ ਮਿਲਦੀ ਹੈ। ਨਿੰਦਕ ਮਨੁੱਖ ਸੰਤ ਜਨਾਂ ਨਾਲ ਵੈਰ ਕਰਦੇ ਹਨ ਅਤੇ ਦੁਰਜਨਾਂ ਨਾਲ ਮੋਹ ਪਿਆਰ ਰੱਖਦੇ ਹਨ। ਉਹਨਾਂ ਨੂੰ ਲੋਕ ਪਰਲੋਕ ਵਿੱਚ ਕਿਤੇ ਸੁੱਖ ਨਹੀਂ ਮਿਲਦਾ। ਘੜੀ ਮੁੜੀ ਦੁਬਧਾ ਵਿੱਚ ਖੁਆਰ ਹੋ ਹੋ ਕੇ ਜੰਮਦੇ ਮਰਦੇ ਹਨ। ਉਹਨਾਂ ਦੀ ਤ੍ਰਿਸ਼ਨਾ ਕਦੇ ਨਹੀਂ ਲਹਿੰਦੀ। ਹਰੀ ਦੇ ਸੱਚੇ ਦਰਬਾਰ ਵਿੱਚ ਉਹਨਾਂ ਨਿੰਦਕਾਂ ਦੇ ਮੂੰਹ ਕਾਲੇ ਹੁੰਦੇ ਹਨ। ਹੇ ਨਾਨਕ, ਨਾਮ ਤੋਂ ਸੱਖਣਿਆਂ ਨੂੰ ਨਾ ਇਸ ਲੋਕ ਵਿੱਚ ਅਤੇ ਨਾ ਪਰਲੋਕ ਵਿੱਚ ਕੋਈ ਢੋਈ ਮਿਲਦੀ ਹੈ। ਜੋ ਮਨੁੱਖ ਹਰੀ ਦਾ ਨਾਮ ਸਿਮਰਦੇ ਹਨ ਉਹ ਅੰਦਰੋਂ ਹਰੀ ਨਾਮ ਵਿੱਚ ਰੰਗੇ ਜਾਂਦੇ ਹਨ। ਜਿਨ੍ਹਾਂ ਨੇ ਇਕਾਗਰ ਚਿੱਤ ਹੋ ਕੇ ਇੱਕ ਹਰੀ ਨੂੰ ਆਰਾਧਿਆ ਹੈ ਉਹ ਉਸ ਤੋਂ ਬਿਨਾਂ ਕਿਸੇ ਹੋਰ ਨੂੰ ਨਹੀਂ ਜਾਣਦੇ। ਪਿਛਲੇ ਕੀਤੇ ਕੰਮਾਂ ਅਨੁਸਾਰ ਮੁੱਢ ਤੋਂ ਜਿਨ੍ਹਾਂ ਦੇ ਮੱਥੇ 'ਤੇ ਸੰਸਕਾਰ ਰੂਪ ਲੇਖ ਉੱਕਰਿਆ ਹੋਇਆ ਹੈ ਉਹ ਮਨੁੱਖ ਹਰੀ ਨੂੰ ਜਪਦੇ ਹਨ। ਉਹ ਸਦਾ ਹਰੀ ਦੇ ਗੁਣ ਗਾਉਂਦੇ ਹਨ। ਗੁਣ ਗਾ ਕੇ ਗੁਣਾਂ ਦੇ ਮਾਲਕ ਹਰੀ ਦੀ ਹੋਰਨਾਂ ਨੂੰ ਸਿੱਖਿਆ ਦਿੰਦੇ ਹਨ। ਗੁਰਮੁਖਾਂ ਵਿੱਚ ਇਹ ਵੱਡਾ ਗੁਣ ਹੈ ਕਿ ਪੂਰੇ ਸਤਿਗੁਰੂ ਦੇ ਰਾਹੀਂ ਹਰੀ ਦੇ ਨਾਮ ਵਿੱਚ ਲੀਨ ਹੁੰਦੇ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਿਸ ਇਜ਼ ਟੁਡੇਜ਼ ਹੁਕਮਨਾਮਾ ਫਰੋਮ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਅਟੈਡ ਬਾਏ ਅਵਰ ਥਰਡ ਗੁਰੂ, ਗੁਰੂ ਅਮਰਦਾਸ ਜੀ, ਅੰਡਰ ਸਲੋਕ ਥਰਡ ਮਹਿਲ। ਗੁਰੂ ਸਾਹਿਬ ਸੇ ਦੈਟ ਓ ਨਾਨਕ, ਫੋਰ ਸੇਕਿੰਗ ਦ ਨੇਮ ਹੀ ਲੋਸਸ ਐਵਰੀਥਿੰਗ ਇਨ ਦਿਸ ਵਰਲਡ ਐਂਡ ਦ ਨੈਕਸਟ। ਚੈਂਟਿੰਗ ਡੀਪ ਮੈਡੀਟੇਸ਼ਨ ਐਂਡ ਆਸਟੇਰਿੰਗ ਸੈਲਫ ਡਿਸਿਪਲਿਨਡ ਪ੍ਰੈਕਟਿਸਿਸ ਆਰ ਆਲ ਵੇਸਟਡ। ਹੀ ਇਜ਼ ਡਿਸੀਵਡ ਬਾਏ ਦ ਲਵ ਆਫ ਡੁਅਲਿਟੀ। ਹੀ ਇਜ਼ ਬਾਊਂਡ ਐਂਡ ਗੈਗਡ ਐਟ ਦ ਡੋਰ ਆਫ ਦ ਮੈਸੇਂਜਰ ਆਫ ਡੈਥ। ਹੀ ਇਜ਼ ਬੇਟਨ ਐਂਡ ਰਿਸੀਵਸ ਟੈਰੀਬਲ ਪਨਿਸ਼ਮੈਂਟ, ਥਰਡ ਮਹਿਲ। ਦੇ ਇਨਫਲਿਕਟ ਦੇ ਆਰ ਹੇਟਰਡ ਅਪੋਨ ਦ ਸੈਂਟਸ ਐਂਡ ਦੇ ਲਵ ਦ ਵਿਕਡ ਸਿਨਰਸ। ਦੇ ਫਾਈਂਡ ਨੋ ਪੀਸ ਇਨ ਈਦਰ ਦਿਸ ਵਰਲਡ ਔਰ ਦ ਨੈਕਸਟ। ਦੇ ਆਰ ਬੋਰਨ ਓਨਲੀ ਟੂ ਡਾਈ ਅਗੇਨ ਐਂਡ ਅਗੇਨ। ਦੇ ਆਰ ਹੰਗਰ ਇਜ਼ ਨੈਵਰ ਸੈਟਿਸਫਾਈਡ ਐਂਡ ਦੇ ਆਰ ਰੂਇਨਡ ਬਾਈ ਡੁਅਲਿਟੀ। ਦ ਫੇਸਿਸ ਆਫ ਦੀਸ ਸਲੈਂਡਰਰਸ ਆਰ ਬਲੈਕਨਡ ਇਨ ਦ ਕੋਰਟ ਆਫ ਦ ਟਰੂ ਲਾਰਡ। ਓ ਨਾਨਕ, ਵਿਦਆਊਟ ਦ ਨਾਮ ਦੇ ਫਾਈਂਡ ਨੋ ਸ਼ੈਲਟਰ ਔਨ ਈਦਰ ਦਿਸ ਸ਼ੋਰ ਔਰ ਦ ਵਨ ਬਿਯੋਂਡ ਪੌੜੀ। Those who meditate on the Lord's name are imbued with the name of the Lord Har Har in their minds. For those who worship the one Lord in their conscious minds, there is no other than the one Lord. They alone serve the Lord upon whose foreheads such preordained destiny is written. They continually sing the glorious praises of the Lord, and singing the glorious glories of the glorious Lord, they are uplifted. Great is the greatness of the Gurmukhs, who through the perfect Guru remain
ਅਬਜ਼ਾਰਬਡ ਇਨ ਦਾ ਲੋਰਡਸ ਨੇਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।